ਹੈਲੋ ਗਾਈਜ਼, ਵੈਲਕਮ ਆ ਤੁਹਾਡਾ ਸਾਡੇ ਅੱਜ ਦੇ ਨਵੀਂ ਵੀਡੀਓ ਦੇ ਵਿੱਚ। ਆਹ ਅਸੀਂ ਸੂਟ ਜਿਹੜਾ ਕੱਲ੍ਹ ਸਟਾਰਟ ਕੀਤਾ ਸੀਗਾ, ਅੱਜ ਅਸੀਂ ਉਹਨੂੰ ਨਾ ਦੁਬਾਰਾ ਪੇਂਟ ਕਰਨ ਲੱਗੇ ਹਾਂ। ਜਿਹੜੇ ਫਲਾਵਰ ਬਣਾਏ ਸੀਗੇ ਉਹਨਾਂ ਦੇ ਵਿੱਚ ਅਸੀਂ ਵਾਈਟ ਕਲਰ ਭਰਾਂਗੇ ਅੱਜ। ਕਿਉਂ? ਕਿਉਂਕਿ ਡਾਰਕ ਕਲਰ ਦਾ ਸੂਟ ਆ, ਜਦੋਂ ਵਾਈਟ ਕਲਰ ਇਹਦੇ ਵਿੱਚ ਭਰਦੇ ਹਾਂ ਅਤੇ ਨਾਲ ਹੀ ਦੂਸਰੀ ਸ਼ੇਡ ਦੇ ਦਿੰਦੇ ਹਾਂ ਅਤੇ ਉਹ ਜਿਹੜਾ ਫਲਾਵਰ ਆ ਉਹ ਪੂਰਾ ਉੱਭਰ ਕੇ ਤਾਂ ਜੋ ਪੂਰੀ ਸ਼ੇਡ ਨਹੀਂ ਦੇ ਪਾਉਂਦਾ ਪਿਆ। ਹੁਣ ਅਸੀਂ ਕੀ ਕਰਾਂਗੇ, ਪਹਿਲਾਂ ਇਹਨੂੰ ਵਾਈਟ ਕਲਰ ਦੇਵਾਂਗੇ, ਫਿਰ ਅਸੀਂ ਇਹਨੂੰ ਕੱਲ੍ਹ ਨੈਕਸਟ ਵੀਡੀਓ ਦੇ ਵਿੱਚ ਅਸੀਂ ਇਹਦੀਆਂ ਮਿਕਸਿੰਗ ਸ਼ੇਡਾਂ ਕਰਾਂਗੇ। ਹੁਣ ਆ ਵਾਈਟ ਕਲਰ ਨੂੰ ਥੋੜ੍ਹਾ ਜਿਹਾ ਸੁੱਕਣ ਨੂੰ ਟਾਈਮ ਲੱਗੂਗਾ। ਫਿਰ ਇਹ ਆ ਕਿ ਇਹਦੇ ਜਿਹੜੀ ਫਲਾਵਰ ਦੀ ਗ੍ਰੇਸ ਆ ਉਹ ਹੋਰ ਵੀ ਸੋਹਣੀ ਆਊਗੀ, ਜਿਹੜੇ ਕਲਰ ਆ ਹੋਰ ਵੀ ਸ਼ਾਈਨ ਕਰਨਗੇ। ਅਤੇ ਤੁਸੀਂ ਵੀਡੀਓ 'ਤੇ ਬਣੇ ਰਹੋ, ਸਕਿੱਪ ਨਾ ਕਰਿਓ, ਜਿੰਨੀ ਸਾਰੀ ਵੀਡੀਓ ਦੇਖ ਕੇ ਫਿਰ ਦੇਖਿਓ ਕਿ ਅਸੀਂ ਕਿਵੇਂ ਪੇਂਟ ਕੀਤਾ ਇਹਨੂੰ। ਅਤੇ ਇਹ ਜਿਹੜੀ ਅਸੀਂ ਡਰੋ ਕੀਤਾ ਫਲਾਵਰ, ਇਹ ਵੀ ਅਸੀਂ ਵਾਈਟ ਪੈਨਸਲ ਦੇ ਨਾਲ ਕੀਤਾ ਹੈ, ਕਿਉਂਕਿ ਡਾਰਕ ਸ਼ੇਡ ਦਾ ਕੱਪੜਾ ਹੈ ਉਹਦੇ ਉੱਪਰ ਵਾਈਟ ਕਲਰ ਦੀ ਪੈਨਸਲ ਚੱਲਣੀ ਹੈ। ਕਿਉਂਕਿ ਤੁਸੀਂ ਲਾਈਟ ਸ਼ੇਡ ਦੇ ਉੱਪਰ, ਮੰਨ ਲਓ ਵਾਈਟ ਦੇ ਉੱਪਰ ਕੋਈ ਵੀ ਲਾਈਟ ਸ਼ੇਡ ਹੈ, ਉਹਦੇ 'ਤੇ ਬਲੈਕ ਕਲਰ ਦੀ ਪੈਨਸਲ ਨਾਲ ਡਰਾ ਕਰ ਲਓਗੇ, ਇਹਨਾਂ ਕੱਪੜੇ ਦੇ ਉੱਪਰ ਰੈੱਡ, ਬਲੈਕ, ਬਲੂ ਇਹਦੇ ਉੱਪਰ ਵਾਈਟ ਕਲਰ ਦੀ ਪੈਨਸਲ ਚੱਲਣੀ ਹੈ ਜੀ, ਜਿਹੜੀ ਕਿ ਆਮ ਹੀ ਬੁੱਕਸ ਵਾਲੀਆਂ ਸ਼ੋਪ ਤੋਂ ਮਿਲ ਜਾਂਦੀ ਹੈ। ਤੁਸੀਂ ਪਹਿਲਾਂ ਉਹਨੂੰ ਵਾਈਟ ਕਲਰ ਦੀ ਪੈਨਸਲ ਨਾਲ ਡਰਾ ਕਰੋ ਅਤੇ ਫਿਰ ਸਭ ਤੋਂ ਪਹਿਲਾਂ ਉਹਨੂੰ ਵਾਈਟ ਸ਼ੇਡ ਦਿਓ ਫਲਾਵਰ ਨੂੰ, ਫਿਰ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਮਿਕਸਿੰਗ ਸ਼ੇਡਾਂ ਉਹ ਬਾਅਦ ਦੇ ਵਿੱਚ ਦਿਓ ਜਦੋਂ ਇਹ ਤੁਹਾਡੇ ਫਲਾਵਰ ਸੁੱਕ ਜਾਣ ਵਾਈਟ ਕਲਰ ਵਾਲੇ। ਅਗਰ ਤੁਸੀਂ ਇਹਦੇ ਉੱਪਰ ਕਰਦਿਆਂ ਕਲਰ ਦੂਜਾ ਕਲਰ ਕਰਨ ਲੱਗ ਪੈਂਦੇ ਹੋ ਤਾਂ ਜਿਹੜਾ ਤੁਹਾਡਾ ਫਲਾਵਰ ਆ ਉਹ ਕਦੀ ਵੀ ਸੋਹਣਾ ਨਹੀਂ ਲੱਗੂਗਾ, ਕਦੀ ਵੀ ਉਹਦੀ ਜਿਹੜੀ ਸ਼ੇਡ ਆ ਉਹ ਥੋੜ੍ਹੀ ਜਿਹੀ ਚਮਕ ਦਮਕ ਦੇ ਵਿੱਚ ਨਹੀਂ ਆਊਗੀ। ਅਗਰ ਤੁਸੀਂ ਇਹਨੂੰ ਸੁਕਾ ਕੇ ਪੇਂਟ ਕਰਦੇ ਹੋ ਫਿਰ ਤਾਂ ਬਹੁਤ ਸੋਹਣੀ ਸ਼ੇਡ ਦਊਗੀ। ਇਹ ਗਾਇਜ਼ ਇੰਨਾ ਹੈ ਕਿ ਵੀਡੀਓ ਦੇਖ ਕੇ ਸਾਡੀ ਵੀਡੀਓ ਨੂੰ ਕਮੈਂਟ ਕਰ ਦਿਆ ਕਰੋ, ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਵੀਡੀਓ ਦੇਖ ਕੇ ਉੱਦਾਂ ਹੀ ਨਾ ਵੀਡੀਓ ਨੂੰ ਛੱਡ ਦਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦੇ ਲਿੰਕ ਮਿਲ ਸਕਣ, ਨਵੀਆਂ ਨਵੀਆਂ ਪੇਂਟਿੰਗਾਂ ਦੇ ਲਿੰਕ ਮਿਲ ਸਕਣ। ਅਸੀਂ ਇਹਨਾਂ ਵੀਡੀਓ ਦੇ ਉੱਪਰ ਬਹੁਤ ਮਿਹਨਤ ਕਰਦੇ ਪਏ ਹਾਂ, ਪਰ ਸਾਨੂੰ ਵੀ ਪਤਾ ਹੈ ਕਿ ਸਫਲਤਾ ਹੌਲੀ ਹੌਲੀ ਮਿਲਦੀ ਹੈ। ਬਾਕੀ ਇਹ ਕਿ ਅਸੀਂ ਹਰ ਚੀਜ਼ ਉਹ ਤੁਹਾਡੇ ਅੱਗੇ ਲੈ ਕੇ ਆ ਰਹੇ ਹਾਂ ਕਿ ਜਿਹੜੀ ਤੁਸੀਂ ਆਪਣੇ ਸੂਟਾਂ ਦੇ ਉੱਪਰ ਬਣਾ ਕੇ ਬਹੁਤ ਜ਼ਿਆਦਾ ਆਪਣੇ ਸੂਟ ਨੂੰ ਫੈਂਸੀ ਬਣਾ ਸਕਦੇ ਜੀ।
ਆਹ ਜਿਹੜਾ ਫਲਾਵਰ ਆ ਕੱਲ੍ਹ ਅਸੀਂ ਪੇਂਟ ਕੀਤਾ ਸੀਗਾ, ਆਹ ਦੇਖੋ ਕਿ ਜਦੋਂ ਨੀਚੇ ਆਪਾਂ ਵਾਈਟ ਕਲਰ ਕਰਕੇ ਉੱਪਰ ਇਹਨੂੰ ਮਿਕਸਿੰਗ ਸ਼ੇਡ ਦਿੱਤੀ ਸੀ, ਇਹ ਬਿਲਕੁਲ ਲਾਈਟ ਪੈ ਗਿਆ। ਹੁਣ ਇਸੇ ਕਰਕੇ ਆਪਾਂ ਪਹਿਲਾਂ ਵਾਈਟ ਸ਼ੇਡ ਦੇ ਰਹੇ ਹਾਂ, ਫਿਰ ਇਹਨੂੰ ਜਿਹੜੀ ਸ਼ੇਡ ਮਿਕਸਿੰਗ ਸ਼ੇਡ ਹੈ ਉਹ ਫੇਰ ਦੇਵਾਂਗੇ। ਔਰ ਦੂਸਰੀ ਗੱਲ ਇਹ ਆ, ਜਦੋਂ ਵੀ ਤੁਸੀਂ ਪੇਂਟ ਕਰਨਾ ਤੁਹਾਡੇ ਕੋਲ ਇਹੋ ਜਿਹੀ ਟ੍ਰੇ ਹੋਣੀ ਬਹੁਤ ਜ਼ਰੂਰੀ ਆ, ਤਾਂ ਜੋ ਤੁਹਾਡੀ ਜਿੰਨੀਆਂ ਵੀ ਸ਼ੇਡਾਂ ਤੁਸੀਂ ਸੂਟ ਦੇ ਉੱਪਰ ਦੇਣੀ ਤੁਹਾਡੀਆਂ ਸਾਰੀਆਂ ਇੱਕ ਟ੍ਰੇ ਦੇ ਵਿੱਚ ਪੂਰੀਆਂ ਬਣ ਸਕਣ। ਕਿਉਂਕਿ ਜਦੋਂ ਵੀ ਵਾਰ ਵਾਰ ਤੁਸੀਂ ਚੀਜ਼ ਨਹੀਂ ਖੋਲ੍ਹਣੀ, ਕੋਈ ਵੀ ਉਹਨੂੰ ਓਪਨ ਨਹੀਂ ਕਰਨਾ, ਕਿਉਂਕਿ ਜਦੋਂ ਤੁਸੀਂ ਉਹਨੂੰ ਸ਼ੇਡ ਦਿਓਗੇ ਉਹ ਬਹੁਤ ਜ਼ਿਆਦਾ ਡਾਰਕ ਦਿੱਤੀ ਜਾਊਗੀ। ਕਿਉਂਕਿ ਜਦੋਂ ਵੀ ਆਪਾਂ ਸ਼ੇਡ ਬਣਾਉਣੀ ਆ, ਇੱਕ ਮੀਡੀਅਮ ਆਉਂਦਾ ਹੈ ਜੋ ਕਿ ਆਪਾਂ ਕਲਰ ਦੇ ਵਿੱਚ ਪਾ ਕੇ ਉਹਨੂੰ ਥੋੜ੍ਹਾ ਜਿਹਾ ਲਾਈਟ ਕਰ ਸਕਦੇ ਹਾਂ, ਕਿਉਂਕਿ ਉਹ ਆਪਾਂ ਇਹਦੇ ਵਿੱਚ ਪਾਉਣਾ ਹੀ ਪਾਉਣਾ ਹੈ। ਆਹ ਸ਼ੇਡ ਹੁੰਦੀ ਹੈ ਮੀਡੀਅਮ ਦੀ, ਆਹ ਦੇਖੋ ਇਹ ਮੀਡੀਅਮ ਸ਼ੇਡ ਹੁੰਦੀ ਆ ਜਿਹੜੀ ਆਪਾਂ ਬਿਲਕੁਲ ਨੋਰਮਲ ਜਿਹਾ ਇੱਕ ਜਾਂ ਦੋ ਡਰੋਪਸ ਕਲਰ ਦੇ ਵਿੱਚ ਪਾ ਕੇ ਕਲਰ ਨੂੰ ਥੋੜ੍ਹਾ ਜਿਹਾ ਲਾਈਟ ਕਰ ਲੈਣਾ, ਫਿਰ ਆਪਾਂ ਇਹਦੇ ਫਲਾਵਰ ਦੇ ਵਿੱਚ ਫਿੱਲ ਕਰਨਾ। ਅਗਰ ਤੁਸੀਂ ਡਾਇਰੈਕਟਲੀ ਫਲਾਵਰ ਦੇ ਵਿੱਚ ਕਲਰ ਭਰਨਾ ਸ਼ੁਰੂ ਕਰ ਦਿੰਦੇ ਜੇ, ਉਹ ਬਹੁਤ ਜ਼ਿਆਦਾ ਡਾਰਕ ਅਤੇ ਧੱਬੇ ਛੱਡੂਗਾ ਤੁਹਾਡੇ ਫਲਾਵਰ ਦੇ ਵਿੱਚ। ਗਾਈਸ ਕੋਈ ਵੀ ਚੀਜ਼ ਕਰਨੀ ਔਖੀ ਨਹੀਂ ਹੁੰਦੀ, ਕਰਨੀ ਬਹੁਤ ਸੌਖੀ ਹੁੰਦੀ ਹੈ। ਅਗਰ ਤੁਸੀਂ ਉਹ ਚੀਜ਼ ਕਰੋਗੇ, ਉਹਨੂੰ ਮਿਹਨਤ ਲਾਓਗੇ, ਤਾਂ ਉਹ ਕਰਨੀ ਬਹੁਤ ਸੌਖੀ ਹੁੰਦੀ ਹੈ। ਅਤੇ ਜੇਕਰ ਤੁਸੀਂ ਸੋਚੀ ਜਾਓਗੇ ਨਹੀਂ ਅਸੀਂ ਨਹੀਂ ਇਹ ਕਰ ਸਕਦੇ, ਅਸੀਂ ਨਹੀਂ ਕਰ ਸਕਦੇ, ਇਹ ਖਰਾਬ ਹੋ ਜੂਗਾ, ਇੱਕ ਵਾਰੀ ਖਰਾਬ ਹੋਊ ਦੋ ਵਾਰੀ ਹੋਊ, ਆਖਿਰ ਰੱਬ ਕਿਤੇ ਨਾ ਕਿਤੇ ਤਾਂ ਸਫਲਤਾ ਦਿੰਦਾ ਹੀ ਹੈ। ਹੁਣ ਹਰ ਕੋਈ ਬੰਦਾ ਰੱਬ ਪਿੱਛੋਂ ਤਾਂ ਸਿੱਖ ਕੇ ਨਹੀਂ ਆਉਂਦਾ, ਹੌਲੀ 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 ਉਹਨੂੰ ਜਾਚ ਆਉਂਦੀ ਹੈ। ਕੋਈ ਵੀ ਚੀਜ਼ ਆਪਾਂ ਸਿੱਖਦੇ ਹਾਂ ਅਤੇ ਉਹਦੀ ਹੌਲੀ ਹੌਲੀ ਰੱਬ ਜਾਚ ਸਿਖਾਉਂਦਾ ਆਪਾਂ ਨੂੰ। ਹੁਣ ਸਾਨੂੰ ਵੀ ਇਹੀ ਚੀਜ਼ ਦੀ ਹੌਲੀ ਹੌਲੀ ਜਾਚ ਆਈ ਸੀ, ਪਹਿਲਾਂ ਅਸੀਂ ਇੱਕ ਰਫ ਕਾਪੀ 'ਤੇ ਕਰਦੇ ਰਹੇ, ਫਿਰ ਹੌਲੀ ਹੌਲੀ ਸੂਟਾਂ ਦੇ ਉੱਪਰ ਕਰਨਾ ਸ਼ੁਰੂ ਕੀਤਾ ਆਪਦੇ, ਫਿਰ ਇੱਕ ਅੱਧੀ ਵਾਰੀ ਥੋੜ੍ਹਾ ਜਿਹਾ ਖਰਾਬ ਹੋਇਆ, ਉਸ ਤੋਂ ਬਾਅਦ ਸਾਨੂੰ ਹੁਣ ਪ੍ਰੋਪਰ ਬਿਲਕੁਲ ਪੇਂਟ ਕਰਨਾ ਆ ਗਿਆ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਪਰਫੈਕਟ ਹਾਂ ਅਸੀਂ, ਹੋ ਸਕਦਾ ਗਲਤੀ ਸਾਡੇ ਤੋਂ ਵੀ ਹੋ ਜਾਏ ਕਿਤੇ, ਬਟ ਇਹ ਆ ਕਿ ਅਸੀਂ ਤੁਹਾਨੂੰ ਸਿਖਾਉਣ ਲਈ ਬਹੁਤ ਕੁਛ ਵੀਡੀਓ ਦੇ ਵਿੱਚ ਲੈ ਕੇ ਆਉਂਦੇ ਹਾਂ, ਤਾਂ ਜੋ ਤੁਸੀਂ ਸਾਡੀ ਪੂਰੀ ਵੀਡੀਓ ਦੇਖਿਆ ਕਰੋ, ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ। ਅਸੀਂ ਤੁਹਾਡੇ ਸਾਹਮਣੇ ਕੋਈ ਮਾੜੀ ਚੀਜ਼ ਨਹੀਂ ਲੈ ਕੇ ਆਉਂਦੇ, ਨਾ ਅਸੀਂ ਹਮੇਸ਼ਾ ਸੋਹਣੀ ਤੋਂ ਸੋਹਣੀ ਪੇਂਟਿੰਗ, ਸੋਹਣੀ ਤੋਂ ਸੋਹਣੀ ਵੀਡੀਓ ਲੈ ਕੇ ਆਉਣੀ ਹੈ, ਤਾਂ ਜੋ ਸਾਨੂੰ ਇਹਨਾਂ ਵੀਡੀਓ ਨੂੰ ਪਿਆਰ ਮਿਲ ਸਕੇ, ਸਾਡੀਆਂ ਭੈਣਾਂ ਤੋਂ, ਸਾਡੇ ਭਰਾਵਾਂ ਤੋਂ, ਸਾਡੀਆਂ ਮਾਵਾਂ ਤੋਂ, ਸਾਨੂੰ ਇਹਨਾਂ ਵੀਡੀਓ ਤੋਂ ਪਿਆਰ ਮਿਲੇ। ਕਹਿੰਦੇ ਆ ਕਿ ਅਗਰ ਤੁਸੀਂ ਮਿਹਨਤ ਕਰੋਗੇ ਉਸ ਮਿਹਨਤ ਨੂੰ ਰੱਬ ਵੀ ਫਲ ਲਾਉਂਦਾ। ਹੁਣ ਅਸੀਂ ਲੱਗੇ ਹੋਏ ਹਾਂ,
ਰੱਬ ਦੇਖਦਾ ਹੈ ਕਿ ਛੱਡ ਕੇ ਤਾਂ ਨਹੀਂ ਜਾਂਦੇ ਕੋਈ ਚੀਜ਼, ਇਹ ਚੀਜ਼ ਨੂੰ ਵਿੱਚੇ ਤਾਂ ਨਹੀਂ ਛੱਡਦੇ, ਇਹ ਆਪਣੀ ਮਿਹਨਤ ਨੂੰ ਵੇਚਤ ਨਹੀਂ ਛੱਡਦੇ। ਜਦੋਂ ਰੱਬ ਨੂੰ ਵੀ ਪਤਾ ਲੱਗ ਜਾਂਦਾ ਕਿ ਨਹੀਂ ਇਹ ਪ੍ਰੋਪਰ ਆਪਣੀ ਜਗ੍ਹਾ 'ਤੇ ਡਟੇ ਹੋਏ ਆ, ਮਿਹਨਤ ਕਰਨੀ ਨਹੀਂ ਛੱਡਦੇ, ਫਿਰ ਰੱਬ ਵੀ ਉਸ ਮਿਹਨਤ ਨੂੰ ਰੰਗ ਲਾਉਂਦਾ। ਇਸ ਚੀਜ਼ ਨੂੰ ਦੇਖਿਓ, ਹੁਣ ਆਪਾਂ ਵਾਈਟ ਕਲਰ ਕਰ ਲਿਆ ਇਹਦੇ 'ਚ, ਜਦੋਂ ਅਗਲੀ ਵੀਡੀਓ ਆਊਗੀ ਉਹਦੇ ਵਿੱਚ ਇਹ ਪੇਂਟ ਕੀਤੇ ਹੋਣਗੇ ਸਾਰੇ, ਪੇਂਟ ਕਰਕੇ ਦਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ, ਫਿਰ ਦੇਖਿਓ ਕਿ ਇਹਦੇ ਵਿੱਚ ਕਲਰ ਕਿੰਨਾ ਸੋਹਣਾ ਆਉਣਾ। ਕਦੇ ਵੀ ਡਾਰਕ ਸ਼ੇਡ 'ਤੇ ਤੁਸੀਂ ਪਹਿਲਾਂ ਨਾਲ ਨਾਲ ਦੀ ਵਾਈਟ ਕਲਰ ਕਰਕੇ ਨਾਲ ਨਾਲ ਕੋਈ ਵੀ ਕਲਰ ਨਹੀਂ ਫਿੱਲ ਕਰਨਾ, ਕਿਉਂਕਿ ਉਹਨੂੰ ਹਮੇਸ਼ਾ ਇੱਕ ਦਿਨ ਸੁੱਕਣ ਲਈ ਚਾਹੀਦਾ ਹੁੰਦਾ। ਅਗਰ ਤੁਸੀਂ ਇਸ ਚੀਜ਼ ਦੇ ਵਿੱਚ ਬਿਲਕੁਲ ਪਰਫੈਕਟ ਹੋ ਤਾਂ ਫਿਰ ਹੀ ਨੀਚੇ ਰੱਖ ਕੇ ਇਹਨੂੰ ਪੇਂਟ ਕਰਿਓ, ਨਹੀਂ ਤਾਂ ਇਹਨੂੰ ਆਹ ਜਿਹੜਾ ਫਰੇਮ ਆਉਂਦਾ ਹੈ ਇਹ ਕਢਾਈ ਵਾਸਤੇ ਵੀ ਵਰਤਿਆ ਜਾਂਦਾ, ਪੇਂਟਿੰਗ ਵਾਸਤੇ ਵੀ ਵਰਤਿਆ ਜਾਂਦਾ, ਇਹਦੇ ਵਿੱਚ ਕੱਪੜੇ ਨੂੰ ਜੋੜ ਕੇ ਅਤੇ ਫਿਰ ਪੇਂਟਿੰਗ ਕਰਿਓ, ਨਹੀਂ ਤਾਂ ਜਿਹੜਾ ਬਿਲਕੁਲ ਪਰਫੈਕਟ ਹੈ ਉਹ ਨੀਚੇ ਰੱਖ ਕੇ ਕਰ ਸਕਦਾ, ਦੂਸਰਾ ਇਸ ਫਰੇਮ ਦੇ ਉੱਪਰ ਪੇਂਟਿੰਗ ਕਰੇ, ਨਹੀਂ ਤਾਂ ਬਿਲਕੁਲ ਪੇਂਟਿੰਗ ਖਰਾਬ ਹੋਊਗੀ। ਕਿਉਂਕਿ ਜਿਹੜਾ ਵੀ ਦਿਖਾਊਗਾ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਦੱਸੂਗਾ, ਸਿੰਪਲ ਪੇਂਟਿੰਗ ਕਰਕੇ ਦਿਖਾਉਣਗੇ, ਅਸੀਂ ਤੁਹਾਨੂੰ ਸਾਰਾ ਪੇਂਟਿੰਗ ਬਾਰੇ ਦੱਸਾਂਗੇ। ਕੁਛ ਟਾਈਮ ਬਾਅਦ ਅਸੀਂ ਤੁਹਾਨੂੰ ਇੱਕ ਅੱਧਾ ਵਲੌਗ, ਇੱਕ ਅੱਧੀ ਵੀਡੀਓ ਕਢਾਈ ਦੀ ਵੀ ਦੇਵਾਂਗੇ। ਸਿੰਪਲ ਫਲਾਵਰਾਂ ਦੀ ਅਸੀਂ ਤੁਹਾਨੂੰ ਵੀਡੀਓ ਦੇਵਾਂਗੇ ਕਢਾਈ ਦੀ, ਜਿਹੜੇ ਕਿ ਇੱਕ ਸ਼ਾਟ ਹੁੰਦੇ ਆ ਪਿੰਡਾਂ ਦੇ ਵਿੱਚ, ਜਿਹੜੇ ਟਰੰਕ ਦੇ ਸ਼ਾਟ, ਪੇਟੀ ਦੇ ਸ਼ਾਟ, ਉਹ ਵੀ ਤੁਹਾਨੂੰ ਕੱਢ ਕੇ ਵਿਖਾਵਾਂਗੇ
ਕਿਉਂਕਿ ਉਹਦੇ ਉੱਪਰ ਫਲਾਵਰ ਜਿਹੜਾ ਬਣਦਾ ਉਹ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿ ਉਹ ਫਲਾਵਰ ਕਿਵੇਂ ਰੈਡੀ ਕਰੀਦਾ ਅਤੇ ਉਹਦੇ ਲਈ ਕਿੰਨੀ ਸਪੇਸ ਹੋਣੀ ਚਾਹੀਦੀ ਆ, ਕਿੰਨੀ ਜਗ੍ਹਾ ਛੱਡਣੀ ਚਾਹੀਦੀ ਆ, ਅਤੇ ਉਹ ਫਲਾਵਰ ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਤੁਹਾਡੀਆਂ ਪੇਟੀਆਂ ਅਤੇ ਟਰੰਕਾਂ ਦੇ ਉੱਪਰ ਸੋਹਣਾ ਲੱਗ ਸਕੇ। ਚੀਜ਼ ਦੇਖੋ ਕਿ ਜਿਹੜੀਆਂ ਜਗ੍ਹਾ ਤੋਂ ਸੁੱਕ ਚੁੱਕਾ ਇਹ ਕਲਰ, ਇਹ ਲਾਈਟ ਪੈਣਾ ਸ਼ੁਰੂ ਹੋ ਗਿਆ ਆ, ਜਿਹੜੀਆਂ ਜਗ੍ਹਾ ਤੋਂ ਹਜੇ ਨਹੀਂ ਸੁੱਕਿਆ ਉੱਥੋਂ ਬਿਲਕੁਲ ਡਾਰਕ ਆ। ਇਸੇ ਕਰਕੇ ਅਸੀਂ ਇਹਨੂੰ ਪਹਿਲਾਂ ਪ੍ਰੋਪਰ ਅੱਜ ਵਾਈਟ ਕਰ ਰਹੇ ਹਾਂ ਤਾਂ ਜੋ ਜਿੰਨਾ ਇਹਨੇ ਕਲਰ ਨੇ ਲਾਈਟ ਹੋਣਾ ਅੱਜ ਹੋ ਜਾਏਗਾ, ਉਸ ਤੋਂ ਬਾਅਦ ਅਸੀਂ ਇਹਨੂੰ ਮੇਨ ਸ਼ੇਡਾਂ ਦੇਣੀਆਂ ਸ਼ੁਰੂ ਕਰਾਂਗੇ ਤਾਂ ਜੋ ਸਾਡਾ ਸੂਟ ਵੀ ਨਾ ਖਰਾਬ ਹੋ ਸਕੇ ਅਤੇ ਪੇਂਟਿੰਗ ਵੀ ਸੋਹਣੀ ਲੱਗ ਸਕੇ ਸੂਟ ਦੇ ਉੱਪਰ। ਕਿਉਂਕਿ ਆਹ ਜਿਹੜਾ ਫਲਾਵਰ ਆਪਾਂ ਰਾਤੀ ਕੀਤਾ ਸੀਗਾ ਇਹ ਬਿਲਕੁਲ ਲਾਈਟ ਹੋ ਗਿਆ ਹੈ, ਇਹਨੂੰ ਵੀ ਆਪਾਂ ਇਸ ਫਲਾਵਰ ਨੂੰ ਵੀ ਰਿਪੇਅਰ ਕਰਾਂਗੇ ਤਾਂ ਜੋ ਇਹਦੀ ਵੀ ਸ਼ੇਡ ਉੱਪਰ ਕੇ ਸਾਹਮਣੇ ਆ ਸਕੇ। ਇਸ ਚੀਜ਼ ਦਾ ਅਸੀਂ ਤਾਂ ਆਪਣੇ ਵੀਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਦੱਸ ਦੇਣ ਲੱਗੇ ਹਾਂ ਕਿ ਇਸ ਚੀਜ਼ ਦਾ ਅਸੀਂ ਹੌਲੀ ਹੌਲੀ ਬਿਜ਼ਨਸ ਵੀ ਸਟਾਰਟ ਕਰਾਂਗੇ ਅਤੇ ਜਿਹੜਾ ਕਿ ਗ੍ਰੇਸ ਕੋਟਨ ਦੇ ਉੱਪਰ ਅਸੀਂ ਤੁਹਾਨੂੰ ਪੇਂਟਿੰਗ ਕਰਕੇ ਦਿਆ ਕਰਾਂਗੇ। ਤੁਸੀਂ ਸਾਨੂੰ ਸਿਰਫ ਇੱਕ ਪੇਂਟਿੰਗ ਦੀ ਫੋਟੋ ਭੇਜਣੀ ਆ, ਕੁਛ ਟਾਈਮ ਤੱਕ ਅਸੀਂ ਆਪਣਾ ਵਟਸਐਪ ਨੰਬਰ ਵੀ ਦੇਵਾਂਗੇ ਜਿਹਦੇ ਉੱਪਰ ਤੁਸੀਂ ਆਪਣਾ ਔਡਰ ਬੁੱਕ ਕਰਿਆ ਕਰਨਾ। ਗ੍ਰੇਸ ਕੋਟਨ ਦਾ ਸੂਟ ਪਲੇਨ ਹੋਇਆ ਕਰੂਗਾ ਜਿਹਦੇ ਉੱਪਰ ਕਿ ਤੁਸੀਂ ਆਪਣੀ ਪੇਂਟਿੰਗ ਦੀ ਫੋਟੋ ਦਿਆ ਕਰੋਗੇ ਸਾਨੂੰ, ਉਹ ਅਸੀਂ ਤੁਹਾਨੂੰ ਉੱਪਰ ਪੇਂਟ ਕਰਕੇ ਸੂਟ ਦੀ ਸ਼ਿਪਿੰਗ ਦਿਆ ਕਰਾਂਗੇ।
ਇੱਕ ਜਦੋਂ ਵੀ ਆਪਾਂ ਵਾਈਟ ਕਲਰ ਡਾਰਕ ਸ਼ੇਡ ਦੇ ਸੂਟ ਉੱਪਰ ਵਾਈਟ ਕਲਰ ਫਿਲ ਕਰਦੇ ਹਾਂ, ਸਭ ਤੋਂ ਪਹਿਲਾਂ ਪੇਂਟਿੰਗ ਲਈ ਪੇਂਟ ਕਰਨ ਲਈ ਜਦੋਂ ਆਪਾਂ ਇਹਨੂੰ ਮਿਕਸਿੰਗ ਸ਼ੇਡ ਦੇਣ ਲਈ ਵਾਈਟ ਕਲਰ ਫਿਲ ਕੀਤਾ ਹੈ, ਸਭ ਤੋਂ ਜ਼ਿਆਦਾ ਵਾਈਟ ਕਲਰ ਆਪਣਾ ਯੂਜ਼ ਹੁੰਦਾ ਹੈ ਕਿਉਂਕਿ ਸ਼ੇਡ ਡਾਰਕ ਹੁੰਦੀ ਹੈ ਅਤੇ ਉਹ ਵਾਈਟ ਕਲਰ ਨੂੰ ਬਹੁਤ ਸੋਖਦੀ ਆ ਅਤੇ ਵਾਈਟ ਕਲਰ ਬਹੁਤ ਜ਼ਿਆਦਾ ਲੱਗਦਾ ਹੈ, ਵਾਈਟ ਕਲਰ ਬਹੁਤ ਜ਼ਿਆਦਾ ਲੱਗਦਾ ਹੈ। ਦੇਖੋ ਹੁਣ ਉਹ ਵਿੱਚੋਂ ਸ਼ੇਡ ਜਿੱਥੋਂ ਜਿੱਥੋਂ ਡਾਰਕ ਆ ਉਹ ਦੇਖੋ ਸੁੱਕਾ ਨਹੀਂ ਹੈਗਾ, ਕਿਉਂ ਆਹ ਦੇਖੋ ਅਸੀਂ ਤੁਹਾਨੂੰ ਲਾਈਵ ਵੀ ਦਿਖਾਉਂਦੇ ਹਾਂ ਵੀਡੀਓ ਦੇ ਵਿੱਚ, ਆਹ ਦੇਖੋ ਕਿੰਨਾ ਡਾਰਕ ਹੋ ਗਿਆ ਅਜੇ, ਕਿਉਂ ਕਿਉਂਕਿ ਇਹ ਕਲਰ ਸੁੱਕਾ ਨਹੀਂ ਹੋਇਆ, ਜਦੋਂ ਸੁੱਕੂਗਾ ਬਿਲਕੁਲ ਲਾਈਟ ਹੋ ਜਾਊਗਾ।
ਲਓ ਜੀ, ਇਹ ਅੱਜ ਆਪਣਾ ਵਾਈਟ ਕਲਰ ਦੀ ਪੇਂਟਿੰਗ ਸਾਰੀ ਕੰਪਲੀਟ ਹੋ ਚੁੱਕੀ ਆ। ਅਤੇ ਤੁਸੀਂ ਇਹ ਦੇਖੋ ਵਾਈਟ ਕਲਰ ਦੇ ਨਾਲ ਕਿੰਨੀ ਸੋਹਣੀ ਸ਼ਾਈਨਿੰਗ ਆਈ ਹੈ ਸੂਟ ਦੀ। ਅਤੇ ਜਦੋਂ ਆਪਾਂ ਇਹਨੂੰ ਪ੍ਰੋਪਰ ਫਿਲ ਕਰ ਲਾਂਗੇ ਕਲਰਾਂ ਨੂੰ, ਉਦੋਂ ਦੇਖਿਓ ਕਿੰਨਾ ਸੋਹਣਾ ਸੂਟ ਲੱਗਦਾ ਹੈ। ਅਤੇ ਅੱਜ ਦੇ ਵਲੋਗ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਵਲੋਗ ਪੂਰਾ ਦੇਖ ਕੇ ਜਾਇਓ, ਸਕਿੱਪ ਨਾ ਕਰਿਓ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ, ਸੋਹਣੇ ਸੋਹਣੇ ਕਮੈਂਟ ਕਰ ਦਿਓ। ਇਸੇ ਦੇ ਨਾਲ ਕਰਦੇ ਹਾਂ ਅੱਜ ਵਲੋਗ ਦੀ ਸਮਾਪਤੀ। ਸਤਿ ਸ਼੍ਰੀ ਅਕਾਲ ਜੀ, ਰੱਬ ਰਾਖਾ।